जिंदाबाद 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 पराली दे धक्के धक्के ना बच्चे करना नहीं कर देंगे नहीं कर देंगे दिल्ली वाले दलाल मुर्दाबाद 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 आन मजदूर कांदर देरती एकता जिंदाबाद 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 दिल्ली वाले दलाल मुर्दाबाद 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 आन मजदूर शख्स गड़ी पंजाब जिंदाबाद 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 पहुंच गया वा भी आ लोकेशन जिहड़े खेत दे विच खड़े आ मैं कहना कैमरा मार के दिखा दे ऐ खेत दे विच अग लगी भी नहीं आ इन्ना हाई सिक्योरिटी चलन डई आ अग नूं लै के मैं कहना इन्ना ਉੱਥੇ ਸਰਹੱਦਾਂ ਦੇ ਉੱਤੋਂ ਨਸ਼ਾ ਕਈ ਬਰੂਦ ਕਈ ਗੱਟੇ ਲੋਕ ਹਥਿਆਰ ਵੀ ਲਈ ਫਿਰਦੇ ਆ ਉਹਦੇ ਵਾਸਤੇ ਨਹੀਂ ਟਾਈਮ ਹੈਗਾ ਅੱਜ ਤੱਕ ਦੀ ਲੋਕੇਸ਼ਨ ਆਈ ਆ ਪਤਾ ਨਹੀਂ ਨਹੀਂ ਆਈ ਅੱਜ ਉਸੇ ਖੇਤ 'ਚ ਖੜੇ ਆ ਦਿੱਲੀ ਵਾਲੇ ਆਏ ਆ ਕਿਸਾਨ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਭਰਾਓ ਆਉਣ ਵਾਲੇ ਟਾਈਮ 'ਚ ਇਕੱਠੇ ਹੋ ਜਾਓ ਨਹੀਂ ਤਾਂ ਇਕੱਲਿਆਂ ਨੂੰ ਕੁੱਟ ਕੁੱਟ ਕੇ ਮਾਰਨਗੇ ਆਪਾਂ ਤੁਰੇ ਫਿਰਨ ਡਏ ਆ ਮੰਡੇ ਗਏ ਆ ਦੂਜੀਆਂ ਵੋਟਾਂ ਸਪੋਟਾਂ ਦੇ ਵਿੱਚ ਪਰ ਆਹ ਜਿਹੜੇ ਦਿੱਲੀ ਵਾਲੇ ਆ ਤੁਹਾਡਿਆਂ ਘਰਾਂ ਦੇ ਵਿੱਚ ਆ ਗਏ ਜੇ ਕਿਉਂਕਿ ਅੱਗ ਲਾਈ ਨਹੀਂ ਖੇਤ ਨੂੰ ਅਜੇ ਝੋਨਾ ਵੱਢਿਆ ਵਾ ਕਿਸਾਨ ਨੇ ਇੱਥੋਂ ਵਾਲਾ ਇਜੈਕਟਿਵ ਪੋਲ ਆਉਣ ਡਿਆ ਵਾ ਵੀ ਇੱਥੇ ਇਹਨਾਂ ਦਾ ਜਿਹੜਾ ਸੁਪਰੀਮੋ ਛੱਡਿਆ ਹੋਇਆ ਵਾ ਇਜੈਕਟਿਵ ਪੋਲ ਉਹਨੇ ਦੇ ਦਿੱਤਾ ਵਾ ਵੀ ਇੱਥੇ ਅੱਗ ਲਾਈ ਸੀ ਉਹਦੀਆਂ ਉਹਨੂੰ ਜੁਰਮਾਨਾ ਕਰਨ ਵਾਸਤੇ ਭਰਾਓ ਪਰਾਲੀ ਦਾ ਜਿਹੜਾ ਇਹ ਲਾਲਪੁਰ ਤੋਂ ਦਿੱਲੀ ਨੂੰ ਧੂੰਆਂ ਜਾਣਾ ਸੀਗਾ ਕਿਉਂਕਿ ਧੂੰਆਂ ਬਹੁਤ ਜ਼ਿਆਦਾ ਜਿਹੜਾ ਵਾ ਇਹ ਖੇਤ ਦੇ ਵਿੱਚੋਂ ਜਾ ਕੇ ਦਿੱਲੀ 'ਚ ਜਿਹੜੇ 5% 100 ਦੇ ਵਿੱਚੋਂ 5% ਜਿਹੜਾ ਧੂੰਆਂ ਵਾ ਉਹ ਆਪਣਾ ਕਿਸਾਨਾਂ ਦਾ ਵਾ ਬਾਕੀ 95% ਜਿਹੜੀਆਂ ਆ ਮਿੱਲਾਂ ਚੱਲ ਰਹੀਆਂ ਵਾ ਜਾਂ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਵੱਡੀਆਂ ਫੈਕਟਰੀਆਂ ਚੱਲ ਰਹੀਆਂ ਵਾ ਉਹ ਕਿਸੇ ਨੂੰ ਨਹੀਂ ਦੇਖਦੀਆਂ 5% ਧੂੰਆਂ ਜਿਹੜਾ ਵਾ ਇਹਨਾਂ ਸਰਕਾਰਾਂ ਨੂੰ ਦੇ ਰਿਹਾ ਭਰਾਓ ਤਕੜੇ ਹੋ ਜਾਓ ਆ ਤੁਹਾਡੇ ਸਾਹਮਣੇ ਜੀਦੀ ਮਿਸਾਲ ਆ ਸਾਡੇ ਉਹ ਕਹਿੰਦੇ ਅਸੀਂ ਸੁਪਰੀਮ ਕੋਰਟ ਵੱਲੋਂ ਆਏ ਹਾਂ ਉਹਨਾਂ ਨੇ ਬੜਾ ਦੱਸਿਆ ਵਾ ਸਾਨੂੰ ਕਿ ਅਸੀਂ ਆਪਦੀਆਂ ਜਿਹੜੀਆਂ ਆਲੋਕੇਸ਼ਨਾਂ ਦੇਣੀਆਂ ਵਾ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਪਣਾ ਸਖ਼ਤ ਵਿਰੋਧ ਕਰਦੇ ਹਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਸੇ ਤਰ੍ਹਾਂ ਹੀ ਕਿਉਂਕਿ ਜਿੰਨਾ ਚਿਰ ਕੋਈ ਕਿਸਾਨੀ ਦਾ ਪੱਕਾ ਹੱਲ ਨਹੀਂ ਕਰਦੇ ਉਹਨਾਂ ਚਿਰ ਅਸੀਂ ਕੋਈ ਵੀ ਜਿਹੜਾ ਵਾ ਕੋਈ ਠੋਸ ਜਵਾਬ ਨਹੀਂ ਸਾਨੂੰ ਦਿੰਦੇ ਐਂ ਕਹਿੰਦਾ ਵਾ ਮੈਂ ਇਹਨਾਂ ਨੂੰ ਕਹੂੰਗਾ ਵੀ ਸਾਨੂੰ ਇਹਦਾ ਜਵਾਬ ਦੇਣ ਵੀ ਆ ਜਿਹੜੀਆਂ ਕਿਉਂ ਮਜਬੂਰ ਹੋ ਗਏ ਜਿਹੜਾ ਕਿਸਾਨ ਹੈ ਉਹ ਕਿਉਂ ਲਾ ਰਿਹਾ ਵਾ ਇੱਧਰ ਵੱਢ ਰਿਹਾ ਗਾੜੀ ਕਿਉਂਕਿ ਇਹ ਆਉਣ ਵਾਲੇ ਟਾਈਮ ਦੇ ਵਿੱਚ ਅੱਜ ਇਹ ਨਹੀਂ ਲਾਲਪੁਰ 'ਚ ਆ ਤੁਹਾਡੇ ਪਿੰਡਾਂ 'ਚ ਵੀ ਭਰਾਓ ਲੱਗਣੀ ਜੇ ਆ ਜਿਹੜੇ ਉਹ ਕਿਸਾਨ ਆ ਮੈਂ ਕਹਿੰਦਾ ਵਾ ਵਿਖਾ ਦੇ ਬਾਈ ਕੈਮਰਾਮੈਨ ਆ ਕਿਸਾਨ ਉਹ ਇਕੱਠੇ ਹੋ ਕੇ ਆਏ ਆਏ ਆ ਕਿ ਭਾਈ ਅੱਜ ਇਕੱਲੀ ਇਹ ਲਾਲਪੁਰ 'ਚ ਨਹੀਂ ਹਰੇਕ ਪਿੰਡੋ ਪਿੰਡਾਂ ਦੇ ਵਿੱਚ ਅੱਗ ਲੱਗਣੀ ਆ ਤੇ ਜੇ ਇਤਰਾ ਹੀ ਆ ਜਿਹੜੇ ਦਿੱਲੀ ਵਾਲੇ ਆਪਣੇ ਆਉਂਦੇ ਰਹੇ ਤੇ ਉਹ ਦਿਨ ਦੂਰ ਨਹੀਂ ਧੱਕੇ ਨਾਲ ਲੱਗੇ ਕਿ ਰੋਡ ਵੀ ਤੁਹਾਡੀਆਂ ਪੈਲੀਆਂ ਵੀ ਲੰਘੀ ਜਾਂਦੇ ਆ ਰੇਲਾਂ ਵੀ ਲੰਘੀ ਜਾਂਦੀਆਂ ਵਾ ਉਲਟਾ ਤੁਹਾਨੂੰ ਇਦਾਂ ਦੱਬਣਗੇ ਜਿੱਦਾਂ ਆਏ ਆ ਮੈਂ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਭਾਈ ਆਓ ਆਪਾਂ ਕਿਸਾਨ ਆ ਮਜ਼ਦੂਰ ਆ ਦੁਕਾਨਦਾਰ ਆ ਵਿਦਿਆਰਥੀ ਆ ਸਾਰਿਆਂ ਦੀ ਲੜਾਈ ਲੜਨ ਵਾਸਤੇ ਅਸੀਂ ਲੜਾਈ ਲੜ ਰਹੇ ਹਾਂ ਜੇ ਤੁਸੀਂ ਇਸ ਤਰ੍ਹਾਂ ਹੀ ਸਾਡੇ ਨਾਲ ਧੱਕਾ ਕਰਦੇ ਰਹੇ ਤੇ ਉਹ ਦਿਨ ਦੂਰ ਨਹੀਂ ਜਿਸ ਤਰ੍ਹਾਂ ਜਿਹੜੇ ਮਾਹੌਲ ਨੂੰ ਤੁਸੀਂ ਸਾਨੂੰ ਧੱਕ ਰਹੇ ਜੇ ਆ ਸਾਡੇ ਭਰਾ ਹੀ ਆ ਪੱਗਾਂ ਬੱਧੀਆਂ ਵਾ ਬਹੁਤ ਵਧੀਆ ਵਾ ਸਰਦਾਰ ਭਾਈ ਆ ਪਰ ਇੱਥੋਂ ਦਾ ਜਿਹੜੀ ਪ੍ਰੋਬਲਮ ਆ ਸਾਡੀ ਕਾਹਦੀ ਪ੍ਰੋਬਲਮ ਆ ਵੀ ਜਿਹੜੇ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਵੇਲਰ ਆ ਚੁੱਕੇ ਆ ਪਰਾਲੀ ਨੂੰ ਜਿਹੜੀਆਂ ਗੱਠਾਂ ਬੱਝਣ ਵਾਸਤੇ ਉਹ ਹੈ ਕਿੱਥੇ ਆਉਣ ਦੀ ਗਰਾਊਂਡ ਕਿਉਂ ਉਹ ਸਾਨੂੰ ਸੁਸਾਇਟੀ ਦੇ ਵਿੱਚ ਦੀ ਆਏ ਆ ਪਰ ਇੱਥੇ ਗਰਾਊਂਡ ਤੇ ਹੈ ਨਹੀਂ ਆ ਉਹ ਕਿਉਂ ਨਹੀਂ ਆ ਆਹ ਜਿਹੜੇ ਵੇਲਰ ਚੱਲ ਰਹੇ ਆ ਇਹ ਉਹ ਗੁਜਰਾਂ ਦੇ ਵੇਲਰ ਆ ਜਾਂ ਉੱਧਰ ਮਾਲਵੇ ਵਿੱਚੋਂ ਆਏ ਆ ਪਰ ਜਿਹੜੇ ਸਰਕਾਰ ਵੱਲੋਂ ਸਬਸਿਡੀਆਂ ਦਿੱਤੀਆਂ ਜਾਂਦੀਆਂ ਵਾ ਉਹ ਕਿੱਥੇ ਆ ਇਹ ਕਰਕੇ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਜੇ ਇਹ ਕੋਈ ਗੱਲ ਨਹੀਂ ਅਸੀਂ ਤੁਹਾਡਾ ਲਵਾਂਗੇ ਪਰ ਸਾਡੇ ਕੋਲੇ ਜਿਹੜੀਆਂ ਵੀ ਜਦੋਂ ਸਾਡੀਆਂ ਮੀਟਿੰਗਾਂ ਹੁੰਦੀਆਂ ਵਾ ਜਦੋਂ ਸਾਡੀਆਂ ਮੀਟਿੰਗਾਂ ਹੁੰਦੀਆਂ ਵਾ ਡੀਸੀ ਸਾਹਿਬ ਦੇ ਨਾਲ ਉਦੋਂ ਸਾਰਾ ਕੁਝ ਦੱਸਿਆ ਜਾਂਦਾ ਵਾ ਵੀ ਤੁਹਾਨੂੰ ਵੇਲਰ ਦਿੱਤੇ ਗਏ ਆ ਤੁਹਾਨੂੰ ਆਹ ਸਬਸਿਡੀਆਂ ਦਿੱਤੀਆਂ ਗਈਆਂ ਵਾ ਆਨ ਗਰਾਊਂਡ ਤੇ ਆਫਸਰ ਸਾਹਿਬਾਂ ਕੋਈ ਵੀ ਜਵਾਬ ਹੈ ਨਹੀਂ ਆ ਕਹਿੰਦੇ ਕੁਝ ਵੀ ਹੈ ਨਹੀਂ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਸਾਰਾ ਕੁਝ ਹੀ ਜਿਹੜਾ ਸਾਫ਼ ਕਰਾਂਗੇ ਵੀ ਭਾਈ ਪਿੰਡਾਂ ਦੇ ਵਿੱਚ ਆਹ ਦਿਨ ਸਾਨੂੰ ਮਨਜ਼ੂਰ ਨਹੀਂ ਆ ਵੀ ਜੇ ਤੁਸੀਂ ਇਤਰਾ ਹੀ ਸਾਡੇ ਤੇ ਧੱਕੇ ਨਾ ਇਦਾਂ ਜ਼ੋਰੋ ਜ਼ਰ ਵੀ ਪਰਚੇ ਕਰਨੇ ਰਹੇ ਕਿਸਾਨ ਭਰਾਵਾਂ ਨੂੰ ਕਹਿੰਦੇ ਆ ਮੀਟਰ ਵੀ ਇਤਰਾ ਹੀ ਲੱਗਣੇ ਜੇ ਅੱਗਾਂ ਲੱਗ ਰਹੀਆਂ ਵਾ ਜੇ ਲੋਕ ਨਹੀਂ ਮਜਬੂਰ ਹੋ ਗਏ ਕਿਸਾਨ ਲਾਉਣ ਡਿਆ ਵਾ ਤਾਂ ਇਸ ਤਰ੍ਹਾਂ ਹੀ ਪਰਚੇ ਹੋਣੇ ਜੇ ਇਕੱਠੇ ਹੋ ਜਾਓ ਦਿਨ ਦੂਰ ਨਹੀਂ ਜੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ।